ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ। ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਦੀ ਕਿ ਉਹਨਾਂ ਦੀ ਚੋਣ ਰੈਲੀ ਦੌਰਾਨ ਤਾਬੜ ਤੋੜ ਫਾਇਰਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ ਹੈ ਤੇ ਵਾਲ ਵਾਲ ਡੋਨਾਲਡ ਟਰੰਪ ਇਸ ਵਾਰਦਾਤ ਤੋਂ ਬਚੇ ਨੇ। ਦੱਸਦੀ ਕਿ ਜਾਨਲੇਵਾ ਹਮਲਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਨਲੇਵਾ ਹਮਲਾ ਹੋਇਆ ਹੈ। ਇਸ ਹਮਲੇ ਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ ਹੈ, ਜਦਕਿ ਡੋਨਾਲਡ ਟਰੰਪ ਦੀ ਜਾਨ ਵਾਲ ਵਾਲ ਬਚੀ ਹੈ। ਦੱਸਦੀ ਕਿ ਉਹਨਾਂ ਨੂੰ ਜਿਹੜੀ ਗੋਲੀ ਹੈ ਉਹ ਛੂੰਦੀ ਹੋਈ ਗਈ, ਜਿਸ ਤੋਂ ਬਾਅਦ ਜਿਹੜੀ ਹੈ ਉਹ ਗੋਲੀ ਇੱਕ ਰੈਲੀ ਦੇ ਵਿੱਚ ਮੌਜੂਦ ਸ਼ਖਸ ਨੂੰ ਲੱਗਦੀ ਹੈ, ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਅਤੇ ਡੋਨਾਲਡ ਟਰੰਪ ਵੀ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ। ਲਾਈਵ ਵੀਡੀਓ ਘਟਨਾ ਦੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਸੰਬੋਧਨ ਕਰ ਰਹੇ ਸਨ ਆਪਣੀ ਰੈਲੀ ਨੂੰ, ਤਾਂ ਇਸੇ ਦੌਰਾਨ ਤਾਬੜ ਤੋੜ ਫਾਇਰਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਜਣੇ ਦੀ ਕਿਹਾ ਜਾ ਰਿਹਾ ਕਿ ਮੌਤ ਹੋ ਗਈ ਹੈ। ਅਤੇ ਜਿਵੇਂ ਹੀ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਡੋਨਾਲਡ ਟਰੰਪ ਦੇ ਕੰਨ ਨੂੰ ਛੂੰਦੀ ਹੋਈ ਗੋਲੀ ਜਿਹੜੀ ਹੈ ਪਿੱਛੇ ਖੜ੍ਹੇ ਸ਼ਖਸ ਨੂੰ ਜਾ ਵੱਜਦੀ ਹੈ, ਜਿਸ ਦੇ ਵਿੱਚ ਉਸਦੀ ਮੌਤ ਹੋ ਗਈ ਹੈ। ਅਤੇ ਡੋਨਾਲਡ ਟਰੰਪ ਦੇ ਵੱਲੋਂ ਆਪਣਾ ਬਚਾਅ ਕੀਤਾ ਗਿਆ ਅਤੇ ਕਿਹਾ ਜਾ ਰਿਹਾ ਕਿ ਕੰਨ ਨੂੰ ਛੂੰਦੀ ਹੋਈ ਹੈ ਗੋਲੀ ਇੱਕ ਸ਼ਖਸ ਨੂੰ ਜਾ ਵੱਜਦੀ ਹੈ। ਉੱਥੇ ਇਸ ਘਟਨਾ ਦੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਜ਼ਖਮੀ ਹੋਏ ਨੇ, ਉਹਨਾਂ ਦੇ ਕੰਨ ਨੂੰ ਛੂ ਕੇ ਗੋਲੀ ਗਈ ਹੈ, ਜਿਸ ਤੋਂ ਬਾਅਦ ਲਹੂ ਲੁਹਾਣ ਹੋ ਗਏ। ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ, ਚੋਣ ਰੈਲੀ ਦੌਰਾਨ ਉਹਨਾਂ ਦੀ ਵੱਡੀ ਘਟਨਾ ਹੋਈ ਹੈ, ਤਾਬੜ ਤੋੜ ਗੋਲੀਆਂ ਚੱਲੀਆਂ ਨੇ ਅਤੇ ਇੱਕ ਜਣੇ ਦੀ ਮੌਤ ਹੋ ਗਈ ਹੈ। ਉੱਥੇ ਇਸ ਘਟਨਾ ਤੋਂ ਬਾਅਦ ਜਿਹੜੇ ਮੌਜੂਦਾ ਰਾਸ਼ਟਰਪਤੀ ਨੇ ਜੋ ਬਾਈਡਨ, ਉਹਨਾਂ ਦੇ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ, ਨਿੰਦਾ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਵੱਡੀ ਵਾਰਦਾਤ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਬਕਾ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਰਿਪਬਲਿਕਨ ਵਿਰੋਧੀ ਨੇ, ਟਰੰਪ ਜਿਨ੍ਹਾਂ ਦੇ ਉੱਤੇ ਇੱਕ ਜਾਨਲੇਵਾ ਹਮਲਾ ਹੋਇਆ, ਜਦੋਂ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸੇ ਦੌਰਾਨ ਜਦੋਂ ਆਪਣਾ ਭਾਸ਼ਣ ਦੇ ਰਹੇ ਸੀ ਤਾਂ ਗੋਲੀਆਂ ਚੱਲੀਆਂ, ਗੋਲੀਆਂ ਦੀ ਆਵਾਜ਼ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਦੱਸਦੀ ਕਿ ਕੰਨ ਨੂੰ ਛੂੰਦੀ ਹੋਈ ਗੋਲੀ ਡੋਨਾਲਡ ਟਰੰਪ ਦੇ ਕੰਨ ਨੂੰ ਛੂੰਦੀ ਹੋਈ ਗੋਲੀ ਪਿੱਛੇ ਖੜ੍ਹੇ ਸ਼ਖਸ ਨੂੰ ਜਾ ਵੱਜਦੀ ਹੈ, ਜਿਸ ਕਰਕੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਡੋਨਾਲਡ ਟਰੰਪ ਇਸ ਘਟਨਾ ਦੇ ਵਿੱਚ ਗੰਭੀਰ ਜ਼ਖਮੀ ਹੋਏ ਨੇ। ਉਹਨਾਂ ਨੂੰ ਇਲਾਜ ਲਈ ਹੋਸਪਿਟਲ ਅੰਦਰ ਦਾਖਲ ਕਰਵਾਇਆ ਗਿਆ। ਉੱਥੇ ਹੀ ਹੁਣ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਟਰੰਪ ਦੇ ਵੱਲੋਂ ਖੁਦ ਓਫੀਸ਼ੀਅਲ ਆਪਣੇ ਪੇਜ ਦੇ ਉੱਤੇ ਇਹ ਵੀਡੀਓ ਨੂੰ ਸਾਂਝਾ ਕੀਤਾ ਗਿਆ। ਹਾਲਾਂਕਿ ਇਸ ਘਟਨਾ ਦੇ ਵਿੱਚ ਉਹਨਾਂ ਦੀ ਜਾਨ ਵਾਲ ਵਾਲ ਬਚ ਗਈ ਹੈ, ਪਰ ਵੱਡੀ ਵਾਰਦਾਤ ਮੰਨੀ ਜਾ ਰਹੀ ਹੈ ਕਿਉਂਕਿ ਸਾਬਕਾ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਅਤੇ ਉਹਨਾਂ ਦੇ ਉੱਤੇ ਏਡਾ ਵੱਡਾ ਜਾਨਲੇਵਾ ਹਮਲਾ ਹੋਣਾ ਕਿਤੇ ਨਾ ਕਿਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਜਦੋਂ ਉਹ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸੇ ਦੌਰਾਨ ਇੱਕ ਜਾਨਲੇਵਾ ਹਮਲਾ ਹੋਇਆ, ਅੰਨੇਵਾਹ ਫਾਇਰਿੰਗ ਕੀਤੀ ਗਈ ਹੈ। ਉੱਥੇ ਹੀ ਜਿਸ ਸ਼ਖਸ ਦੇ ਵੱਲੋਂ ਫਾਇਰ ਕੱਢੇ ਗਏ ਨੇ ਉਸਦੀਆਂ ਤਸਵੀਰਾਂ ਵੀ ਕੈਮਰੇ ਦੇ ਅੰਦਰ ਕੈਪਚਰ ਹੋ ਗਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਇਸ ਬਦਮਾਸ਼ ਦੇ ਵੱਲੋਂ ਹੱਥ ਦੇ ਵਿੱਚ ਬੰਦੂਕ ਫੜੀ ਹੋਈ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸੇ ਸ਼ਖਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਦੀ ਕਿ ਰਿਪਬਲਿਕਨ ਪਾਰਟੀ ਨੂੰ ਰਿਪ੍ਰਜੈਂਟ ਕਰਦੇ ਨੇ ਡੋਨਾਲਡ ਟਰੰਪ ਅਤੇ ਚੋਣ ਪ੍ਰਚਾਰ ਕਰ ਰਹੇ ਸਨ, ਜਿਸ ਦੌਰਾਨ ਉਹਨਾਂ ਦੇ ਉੱਤੇ ਹਮਲਾ ਹੋਇਆ। ਉੱਥੇ ਕਿਹਾ ਜਾ ਰਿਹਾ ਕਿ ਇੱਕ ਦਰਸ਼ਕ ਦੀ ਮੌਤ ਹੋ ਗਈ ਹੈ ਜੋ ਕਿ ਚੋਣ ਰੈਲੀ ਦੇ ਵਿੱਚ ਮੌਜੂਦ ਸੀ, ਅਤੇ ਦੂਜੇ
ਜਿਹੜੇ ਹੋਰ ਦਰਸ਼ਕ ਸੀ ਉਹਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ, ਉਹ ਵੀ ਗੰਭੀਰ ਜ਼ਖਮੀ ਹੋਏ ਨੇ, ਉਹਨਾਂ ਦੇ ਉੱਤੇ ਵੀ ਜਿਹੜੀਆਂ ਗੋਲੀਆਂ ਚੱਲੀਆਂ ਨੇ। ਵੱਡੀ ਘਟਨਾ ਅਮੈਰੀਕਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ, ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਡੋਨਾਲਡ ਟਰੰਪ ਦੇ ਕੰਨਾਂ ਦੇ ਵਿੱਚ ਖੂਨ ਵਹਿ ਰਿਹਾ ਹੈ। ਤਸਵੀਰਾਂ ਅਜਿਹੀਆਂ ਸੀ ਕਿ ਅਸੀਂ ਤੁਹਾਨੂੰ ਸਕਰੀਨ 'ਤੇ ਵੀ ਨਹੀਂ ਦਿਖਾ ਸਕਦੇ ਕਿਉਂਕਿ ਗੰਭੀਰ ਜ਼ਖਮੀ ਹੋਏ ਨੇ ਡੋਨਾਲਡ ਟਰੰਪ, ਉਹਨਾਂ ਦੇ ਬਲੀਡਿੰਗ ਹੋ ਰਹੀ ਸੀ ਕੰਨ ਦੇ ਅੰਦਰੋਂ ਜਦੋਂ ਗੋਲੀ ਛੂ ਕੇ ਗਈ, ਹਾਲਾਂਕਿ ਉਹਨਾਂ ਦੀ ਜਾਨ ਬਚ ਗਈ ਹੈ, ਪਰ ਵੱਡੀ ਵਾਰਦਾਤ ਮੰਨੀ ਜਾ ਰਹੀ ਹੈ ਕਿਉਂਕਿ ਨਿਸ਼ਾਨਾ ਸਿੱਧਾ ਡੋਨਾਲਡ ਟਰੰਪ ਦੀ ਸਟੇਜ ਦੇ ਉੱਤੇ ਲਗਾਇਆ ਗਿਆ। ਹਾਲਾਂਕਿ ਗੋਲੀ ਜਿਹੜੀ ਹੈ ਉਹਨਾਂ ਨੂੰ ਛੂ ਕੇ ਲੰਘ ਗਈ ਅਤੇ ਜਿਹੜੇ ਪਿੱਛੇ ਦਰਸ਼ਕ ਖੜ੍ਹੇ ਹੋਏ ਸੀ ਉਹਨਾਂ ਦੇ ਵਿੱਚ ਜਾ ਵੱਜਦੀ ਹੈ, ਜਿਸ ਕਰਕੇ ਇੱਕ ਦੀ ਮੌਤ ਹੋ ਗਈ ਹੈ ਅਤੇ ਬਾਕੀ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ। ਜਿਹੜੇ ਉੱਥੇ ਅਧਿਕਾਰੀ ਮੌਜੂਦ ਸੀ, ਪੁਲਿਸ ਅਧਿਕਾਰੀ, ਉਹਨਾਂ ਦੇ ਵੱਲੋਂ ਗੋਲੀ ਚਲਾਉਣ ਵਾਲੇ ਹਮਲਾਵਰ ਨੂੰ ਵੀ ਮਾਰ ਦਿੱਤਾ ਗਿਆ। ਇਸ ਦੌਰਾਨ ਇੱਕ ਹੋਰ ਵਿਅਕਤੀ ਦੀ ਵੀ ਕਿਹਾ ਜਾ ਰਿਹਾ ਕਿ ਮੌਤ ਹੋ ਗਈ ਹੈ ਅਤੇ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਹਮਲਾਵਰ ਨੂੰ ਵੀ ਮਾਰ ਦਿੱਤਾ ਗਿਆ ਮੌਕੇ 'ਤੇ ਹੀ। ਪਰ ਵੱਡੀ ਘਟਨਾ ਅਮੈਰੀਕਾ ਦੇ ਵਿੱਚ ਵਾਪਰੀ ਹੈ ਜਿੱਥੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨ ਲੇਵਾ ਹਮਲਾ ਹੋਇਆ, ਜੋ ਕਿਤੇ ਨਾ ਕਿਤੇ ਸੁਰੱਖਿਆ ਦੇ ਮੱਦੇਨਜ਼ਰ ਕਈ ਸਵਾਲ ਖੜ੍ਹੇ ਕਰ ਰਹੇ ਹੈ ਕਿਉਂਕਿ ਬਹੁਤ ਵੱਡਾ ਚਿਹਰਾ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਨੇ ਅਮੈਰੀਕਾ ਦੇ, ਜਿਨ੍ਹਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਚਲਦੀ ਰੈਲੀ ਦੌਰਾਨ ਅੰਨੇਵਾਹ ਫਾਇਰਿੰਗ ਕੀਤੀ ਗਈ, ਜਿਸਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ, ਕਈ ਲੋਕ ਜ਼ਖਮੀ ਹੋਏ ਨੇ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਹਮਲਾਵਰ ਨੂੰ ਵੀ ਪੁਲਿਸ ਦੇ ਵੱਲੋਂ ਮੌਕੇ 'ਤੇ ਹੀ ਮਾਰ ਦਿੱਤਾ ਗਿਆ। ਪਰ ਘਟਨਾ ਦੇ ਵਿੱਚ ਡੋਨਾਲਡ ਟਰੰਪ ਜਿਹੜੇ ਗੰਭੀਰ ਜ਼ਖਮੀ ਹੋਏ ਨੇ, ਉਹਨਾਂ ਦੇ ਕੰਨ ਨੂੰ ਛੂੰਦੀ ਹੋਈ ਗੋਲੀ ਨਿਕਲ ਗਈ, ਜਿਸ ਤੋਂ ਬਾਅਦ ਜਿਹੜੇ ਮੌਜੂਦਾ ਰਾਸ਼ਟਰਪਤੀ ਨੇ ਜੋ ਬਾਈਡਨ, ਉਹਨਾਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। ਕੜੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਅਤੇ ਕਿਹਾ ਗਿਆ ਕਿ ਅਮੈਰੀਕਾ ਦੇ ਵਿੱਚ ਅਜਿਹੀ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ। ਦੱਸ ਦਈਏ ਕਿ ਜਦੋਂ ਉਹ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸੇ ਦੌਰਾਨ ਵੱਡੀ ਘਟਨਾ ਵਾਪਰਦੀ ਹੈ। ਵੀਡੀਓ ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਤੇ ਵੀ ਪਾਈ ਹੋਈ ਹੈ। ਉੱਥੇ ਹੀ ਜਦੋਂ ਡੋਨਾਲਡ ਟਰੰਪ ਨੂੰ ਗੋਲੀ ਚੱਲਣ ਦੀ ਭਿਣਕ ਲੱਗਦੀ ਹੈ ਤਾਂ ਉਹ ਹੇਠਾਂ ਹੋ ਜਾਂਦੇ ਨੇ, ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਇਸੇ ਦੌਰਾਨ ਉਹਨਾਂ ਦੇ ਸੁਰੱਖਿਆ ਕਰਮਚਾਰੀ ਵੀ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ, ਜਿਸ ਤੋਂ ਬਾਅਦ ਡੋਨਾਲਡ ਟਰੰਪ ਸਟੇਜ ਦੇ ਉੱਤੋਂ ਜਿਹੜਾ ਥੰਬ ਦਿਖਾਉਂਦੇ ਹੋਏ ਜਾ ਰਹੇ ਨੇ। ਆਪਣੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਗੰਭੀਰ ਜ਼ਖਮੀ ਹੋਏ ਨੇ, ਉਹਨਾਂ ਦੇ ਕੰਨ ਦੇ ਉੱਤੋਂ ਛੂ ਕੇ ਗੋਲੀ ਲੰਘੀ। ਹਾਲਾਂਕਿ ਉਹਨਾਂ ਦੇ ਜਿਹੜੇ ਗਾਰਡ ਸੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਮੌਕੇ 'ਤੇ ਹੀ ਘੇਰਾ ਪਾ ਲਿਆ ਗਿਆ, ਉਹਨਾਂ ਦੀ ਸੁਰੱਖਿਆ ਕੀਤੀ ਗਈ। ਅਤੇ ਡੋਨਾਲਡ ਟਰੰਪ ਵੀ ਜਿਹੜੇ ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਹ ਵੀ ਸਟੇਜ ਤੋਂ ਹੇਠਾਂ ਹੋ ਗਏ, ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਦੱਸ ਦਈਏ ਕਿ ਵੱਡੀ ਘਟਨਾ ਅਮੈਰੀਕਾ ਦੇ ਵਿੱਚ ਵਾਪਰੀ ਹੈ ਜਿੱਥੇ ਅੰਨੇਵਾਹ ਫਾਇਰਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਨੇ। ਅਤੇ ਇਸ ਘਟਨਾ ਦੇ ਵਿੱਚ ਡੋਨਾਲਡ ਟਰੰਪ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।